ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੇਰਾ ਲੰਬੇ ਸਮੇਂ ਤੋਂ ਇੱਕ ਡਾਕਟਰ ਦੇ ਨਾਲ ਵਾਦ-ਵਿਵਾਦ ਚੱਲ ਰਿਹਾ ਔਰ ਲੋਕਾਂ ਦਾ ਕਰਕੇ ਚੱਲ ਰਿਹਾ ਮੇਰਾ ਕੋਈ ਉੱਥੇ ਪਰਸਨਲ ਕੰਮ ਨਹੀਂ ਤੇ ਉਸ ਵਾਦ-ਵਿਵਾਦ ਤੋਂ ਬਾਅਦ ਮੇਰੇ ਕੋ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵਲਡੋਆ ਸਾਹਿਬ ਆਏ ਔਰ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਇੱਕ ਐਪਲੀਕੇਸ਼ਨ ਲਿਖ ਕੇ ਦੇ ਡਾਕਟਰ ਦੇ ਖਿਲਾਫ ਖੈਰ ਮੈਨੂੰ ਤੇ ਇਹਨਾਂ ਚੀਜ਼ਾਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਲਿਖਤੀ ਪੜਤੀ ਤੇ ਕਿਉਂਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਅੱਖੀ ਦੇ ਦਿਹਿਆ ਹਣ ਉਹਦੇ ਬਾਰੇ ਲਿਖ ਕੇ ਦੇਣ ਦੀ ਲੋੜ ਨਹੀਂ ਹੁੰਦੀ ਔਰ ਇਹਨਾਂ ਨੇ ਮੇਥੋਂ ਲਿਖਾ ਕੇ ਲਏ ਆਂ ਔਰ ਮੈਂ ਕੁਛਕ ਲੈਣਾ ਇਹਨਾਂ ਨੇ ਮੈਨੂੰ ਆਪ ਕਹਿ ਕੇ ਲਿਖਾਈਆਂ ਕਿ ਇਸ ਚੀਜ਼ ਨੂੰ ਏਦਾਂ ਲਿਖ ਤਾ ਇਸ ਚੀਜ਼ ਨੂੰ ਏਦਾਂ ਲਿਖ ਮੈਨੂੰ ਤਾਂ ਪਤਾ ਅੱਜ ਕੱਲ ਜਿੰਨੀਆਂ ਵੀ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੜਤਾਲੀਆਂ ਕਮੇਟੀਆਂ ਬਣੀਆਂ ਉਹਨਾਂ ਦਾ ਰਿਜ਼ਲਟ ਜਿਹੜਾ 0 ਆਉਂਦਾ ਇਸ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਕਿ ਚੋਲਾ ਕਮੇਟੀ ਬਣੀ ਹੈ ਜਿਹਦਾ ਵੀ ਰਿਜ਼ਲਟ ਕਹਿੰਦੇ 0 ਹੈ ਮੈਨੂੰ ਮੈਂਬਰ ਸਾਹਿਬ ਆਣੀ ਦੱਸਦੇ ਰਹਿੰਦੇ ਨੇ ਮੈਨੂੰ ਕਿਹੜਾ ਸੁਪਨਾਉਣਾ ਔਰ ਮੈਂ ਹੈਰਾਨ ਆ ਕਿ ਜਿੱਦਨੇ ਕਮੇਟੀ ਬਣਾਈ ਮੈਨੂੰ ਤਾਂ ਪਤਾ ਇਹਦਾ ਰਿਜ਼ਲਟ 0 ਨਾ ਜਿੱ ਚਲੋ ਬੜੀ ਮਾੜੀ ਗੱਲ ਹੈ ਵਿਚਾਰੇ ਇਸ ਦੁਨੀਆ ਤੇ ਨਹੀਂ ਰਹਿ ਕੋਲਾਰ ਸਾਹਿਬ ਬਹੁਤ ਵਧੀਆ ਇਨਸਾਨ ਸੀਗੇ ਔਰ ਉਸ ਤੋਂ ਬਾਅਦ ਕਿ ਜਿਹੜਾ ਇੱਕ ਡਾਕਟਰ ਏਪੀ ਸਿੰਘ ਦੇ ਨਾਲ ਦੋ ਟਾਈਮ ਰੋਟੀ ਖਾਣ ਵਾਲੇ ਮੈਂਬਰ ਨੇ ਸਾਡੇ ਸਰਦਾਰ ਸਰਜੀਤ ਸਿੰਘ ਭਿੱਟੇਵੜੇ ਕੋਲ ਉਹਨਾਂ ਨੂੰ ਮੈਂਬਰ ਬਾਲਿਆ ਮੈਨੂੰ ਤੇ ਉਹ ਕੀ ਕਹਿੰਦੇ ਅੰਦਰ ਝੋਨੇ ਵਾਲਾ ਪਿੰਡ ਪ੍ਰਾਲਿਓਂ ਦਿਸ ਪਿਆ ਕੇ ਦਾ ਜੋ ਰਿਜ਼ਲਟ ਹੋਣਾ ਮੈਨੂੰ ਪਤਾ ਸੀਗਾ ਤੇ ਖੈਰ ਕੋਈ ਗੱਲ ਨਹੀਂ ਬਹੁਤ ਵਧੀਆ ਆਇਆ ਜੋ ਦਾ ਰਿਜ਼ਲਟ ਆਇਆ ਧਮੀ ਸਾਹਿਬ ਨੇ ਉਹਨਾਂ ਨੂੰ ਕਲੀਨ ਚਿੱਟ ਦੇਤੀ ਬਹੁਤ ਵਧੀਆ ਗੱਲ ਹੈ ਮੈਂ ਤੇ ਹਰਾਨ ਆ ਕਿ ਮੈਨੂੰ ਕੱਲ ਵਿਰਸਾ ਸਿੰਘ ਜੀ ਬਲਟਵਾ ਸਾਹਿਬ ਕਹਿ ਰਹੇ ਸੀ ਕਿ ਡ ਜੇ ਉਹ ਬੰਦਾ ਸਹੀ ਆ ਤੁਹਾਡੀਆਂ ਨਜ਼ਰਾਂ ਚ ਸਹੀ ਆ ਤਾਂ ਫਿਰ ਉਹਨੂੰ ਬਿਲਕੁਲ ਛੁੱਟੀ ਉਹਦੀ ਕੈਨਸਲ ਕਰੋ ਉਹਨੂੰ ਉਸ ਵਿਚਾਰੇ ਨੂੰ ਆਪਦੀ ਡਿਊਟੀ ਕਰਨ ਦੋ ਆਪਦਾ ਕੰਮ ਕਰਨ ਦਿਓ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਦ ਤਨੂੰ ਕਾਬੂ ਆ ਗਿਆ ਫਿਰ ਜਵਾਬ ਉਹਦਨ ਸਰਦਾਰ ਬਿਰਸਾ ਸਿੰਘ ਵਿਲਟੋਆ ਜੀ ਧਾਮੀ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਇਹ ਗੱਲ ਤਾਂ ਦੇਣਾ ਪਊਗਾ ਤੇ ਮੈਂ ਇੱਕ ਗੱਲ ਲਾਸਟ ਕਰਾਂਗਾ ਕਿ ਮੈਂ ਜਿਹੜੇ ਕੁਐਸਚਨ ਕੀਤੇ ਸੀਗੇ ਸਾਹਿਬ ਜੀ ਨਾਉ ਨੇ ਇਹਨਾਂ ਕਲੀਨ ਚੈਟ ਦਿੱਤੀ ਆ ਮੈਂ ਧਾਮੀ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਲਈ ਸਿਰਫ 5 ਮਿੰਟ ਕੱਢ ਲਿਓ ਇੱਕ ਵਾਰ ਗੁਰੂ ਸਾਹਿਬ ਜੀ ਦੀ ਪ੍ਰਕਰਮਾ ਅਸੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਆਪਾਂ ਚਲੇ ਚੱਲੀਏ ਦੋ ਅਲੀਗੇਸ਼ਨ ਤੁਸੀਂ ਮੇਰੇ ਤੇ ਲਾਏ ਆ ਇੱਕ ਕੰਟੀਨ ਦਾ ਤੇ ਇੱਕ ਪਾਰਕਿੰਗ ਦਾ ਨਾਲੇ ਮੈਂ ਆਪਦੇ ਦੋਵੇਂ ਬੱਚੇ ਲੈ ਕੇ ਆਵਾਂਗਾ ਉਹ ਸਾਬਤ ਕਰਦਾਗਾ ਤੇ ਨਾਲੇ ਤੁਸੀਂ ਮੈਨੂੰ ਇਸ ਗੱਲ ਦੀ ਉੱਥੇ ਸਪਸ਼ਟੀ ਕਰਨ ਦੇ ਦਿਓ ਕੋਈ ਡਾਕਟਰ ਸਹੀ ਆ ਤੇ ਫਿਰ ਜੇ ਤੁਸੀਂ ਉੱਥੇ ਪ੍ਰਕਰਮਾ ਚ ਸ੍ਰੀ ਹਰਮੰਦਰ ਸਾਹਿਬ ਦੀ ਇਹ ਖਲੋ ਕੇ ਇਸ ਗੱਲ ਦਾ ਨਵਟਾਰਾ ਕਰ ਦੋਗੇ ਕਿ ਵਾਕਿਆ ਡਾਕਟਰ ਸਹੀ ਆ ਔਰ ਮੈਂ ਤੁਹਾਨੂੰ ਜਿਹੜੇ ਕੁਐਸ਼ਨ ਕੀਤੇ ਆ ਉਹਨਾਂ ਦੇ ਮੈਂ ਤਿੰਨ ਕੁਐਸ਼ਨਾਂ ਦੇ ਤੁਹਾਡਾ ਕੋ ਜਵਾਬ ਪੁੱਛਾਂਗਾ ਮੈਂ ਬਾਹਲੇ ਨਹੀਂ ਉਹਦੇ ਖਰਪਟੀ 35 ਆ ਮੈਂ ਤਿੰਨ ਕੁਐਸ਼ਨ ਕਰਾਂਗਾ ਨਾ ਤਿੰਨਾਂ ਦਾ ਮੈਨੂੰ ਸਬੂਤ ਦੇ ਦੇਓ ਨਾ ਤੇ ਮੈਂ ਤੁਹਾਨੂੰ ਉਹਨਾਂ ਦਾ ਸਬੂਤ ਦੇ ਦੂੰ ਜੇ ਉਹ ਡਾਕਟਰ ਦੇ ਹੱਕ ਚ ਹੋਣਗੇ ਜਾਂ ਡਾਕਟਰ ਨੇ ਉਹ ਗਲਤ ਕੰਮ ਨਹੀਂ ਕੀਤੇ ਹੋਣਗੇ ਤੇ ਮੈਂ ਉਥੋਂ ਸ੍ਰੀ ਹਰਮੰਦਰ ਸਾਹਿਬ ਤੋਂ ਤੁਹਾਡੇ ਗੋਢੀ ਹੱਥ ਲਾ ਕੇ ਮਾਫੀ ਮੰਗਾਗਾ ਔਰ ਮੈਂ ਵਾਪਸ ਆ ਜਾਗਾ ਔਰ ਮੈਂ ਜਿਹੜੇ ਤੁਸੀਂ ਮੇਰੇ ਤੇ ਬੇਬੁਨਿਆਦ ਤੇ ਝੂਠੇ ਔਰ ਤੁਸੀਂ ਸ਼ਰੋਅਨੀ ਕਮੇਟੀ ਦੇ ਪ੍ਰਧਾਨ ਹੋ ਤਾਨੂੰ ਇਹੋ ਜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀ। ਤੁਸੀਂ ਸਾਨੂੰ ਕਹਿੰਦੇ ਜੇ ਸਾਡੇ ਖਿਲਾਫ ਬੋਲਦੇ ਤਾਂ ਤੁਹਾਨੂੰ ਵੀ ਇਹ ਸ਼ੋਭਾ ਨਹੀਂ ਦਿੰਦੀ। ਝੂਠੇ ਕਿਸੇ ਤੇ ਅਲੀਗੇਸ਼ਨ ਲਾਉਣੇ। ਸੋ ਇਸ ਕਰਕੇ ਜਿੰਨੇ ਕਿ ਤੁਹਾਡੇ ਵਧੀਆ ਪ੍ਰਬੰਧ ਨੇ ਉਹ ਸਾਰੀ ਦੁਨੀਆ ਨੂੰ ਪਤਾ ਕਿਉਂਕਿ ਤੁਸੀਂ ਪਹਿਲਾਂ 51 ਬੰਦੇ ਸਸਪੈਂਡ ਕੀਤੇ ਬਾਅਦ ਛੇਤੀ ਛੇਤੀ ਹਾਲ ਕਰਤੇ। ਇਹ ਤੁਹਾਡਾ ਜਿਹੜਾ ਉਤਰਾ ਚੜਾਇਆ ਸਾਰਾ ਲੋਕਾਂ ਨੂੰ ਪਤਾ। ਸੋ ਇਸ ਕਰਕੇ ਮੈਨੂੰ ਕੋਈ ਸਪਸ਼ਟ ਕਰਨ ਦੇ ਦਿੰਦੀ ਨਹੀਂ। ਅਖੀਰ ਵਿੱਚ ਮੈਂ ਇਹ ਗੱਲ ਕਵਾਂਗਾ ਵੇਖੋ ਮੇਰੇ ਵੀਰੋਂ ਕਈ ਮੇਰੇ ਵੀਰ ਭਰਾ ਪਾਰਟੀ ਵਾਲੇ ਮੇਰੇ ਨਾਲ ਅ ਬਾਰ-ਬਾਰ ਇਤਰਾਜ਼ ਕਰਦੇ ਆ। ਕਿ ਯਾਰ ਨਹੀਂ ਇੱਥੇ ਰਹੀਏ ਇੱਥੇ ਰਹੀਏ ਪਰ ਮੇਰੇ ਵੀਰੋ ਮੈਂ ਤੁਹਾਡੇ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਦਾ ਵੇਖੋ ਮੇਰੇ ਕੋ ਅੱਖੀਂ ਵੇਖ ਕੇ ਜ਼ਹਿਰ ਨਹੀਂ ਖਾਦਾ ਜਾਂਦਾ ਅਸੀਂ ਪਾਰਟੀ ਨੂੰ ਉੱਪਰ ਚੁੱਕਣਾ ਵਾ ਤੇ ਜੇ ਅਗਲੇ ਬੰਨੇ ਸਾਨੂੰ ਦੀਦਾ ਵਾ ਟੋਆ ਵਾ ਤੇ ਅਸੀਂ ਪਾਰਟੀ ਨੂੰ ਕਿਤਰਾ ਉੱਪਰ ਚੁੱਕ ਲਾਂਗੇ ਜਦੋਂ ਸਾਨੂੰ ਦੀਦਾ ਕਿ ਸਾਡੀ ਕੀਤੀ ਹੋਈ ਕਮਾਈ ਤੇ ਇੱਕ ਡਾਕਟਰ ਸਵਾਹ ਪਾਈ ਜਾਂਦਾ ਫਿਰ ਆਪਾਂ ਪਾਰਟੀ ਨੂੰ ਉੱਪਰ ਨਹੀਂ ਚੁੱਕ ਸਕਦੇ ਸੋ ਮੈਂ ਅੱਜ ਤੋਂ ਬਾਅਦ ਸ਼ਰਮ ਨਹੀਂ ਕਾਲੀ ਦਲ ਲਈ ਕੰਮ ਨਹੀਂ ਕਰਾਂਗਾ ਤੇ ਗਾਂ ਦਾ ਜੋ ਮੇਰਾ ਫੈਸਲਾ ਹੋਊਗਾ ਉਹ ਮੈਂ ਜੇ ਵਿਚਾਰਾਂਗਾ ਮੈਂ ਕੋਈ ਕਾਲੀ ਨਹੀਂ ਕਰਾਂਗਾ ਸਜ ਮੈਂ ਵਿਚਾਰਾਂਗਾ ਜਰਨਾ ਪਰ ਮੈਂ ਅਇ ਤੋਂ ਬਾਅਦ ਕੱਲ ਵੀ ਸਾਡੀ ਮੀਟਿੰਗ ਸੀ ਇਹਨਾਂ ਮੈਨੂੰ ਸੱਦਿਆ ਸੀ ਮੈਂ ਲੋਕਾਂ ਨੂੰ ਕਹਤਾ ਮੈਂ ਮੈਂ ਕਿਹੜੇ ਮੂੰਹ ਦੇ ਨਾਲ ਉੱਥੇ ਜਾਵਾਂ ਸੋ ਇਸ ਕਰਕੇ ਨਾ ਇਹਨਾਂ ਮੈਨੂੰ ਝੂਠਾ ਸਾਫਤ ਕੀਤਾ ਨਾ ਮੈਨੂੰ ਨਾ ਸੱਚਾ ਸਾਫਤ ਕੀਤਾ ਅੱਜ ਚਲੋ ਵਧੀਆ ਹੋ ਗਿਆ ਜੋ ਕੁਝ ਹੋ ਗਿਆ ਇਹ ਹੋਣਾ ਹੀ ਸੀਗਾ ਔਰ ਮੈਂ ਸਬੂਤ ਵੀ ਦੋ ਤਿੰਨ ਮੇਰੀ ਗੱਡੀ ਅੱਜ ਇੱਥੇ ਨਹੀਂ ਸੀ ਕਿ ਨਹੀਂ ਤੇ ਮੈਂ ਤੁਹਾਨੂੰ ਸਾਰੇ ਕੁਐਸਚਨ ਪੜ੍ਹ ਕੇ ਸੁਣਾ ਦੇ ਰਹੀ ਔਰ ਮੈਂ ਸਾਰੇ ਸਬੂਤ ਦੇ ਦਾਂਗਾ ਬਹੁਤ ਬਹੁਤ ਧੰਨਵਾਦ ਅਖੀਰ ਵਿੱਚ ਮੈਂ ਫੇਰ ਇਹੋ ਹੀ ਬੇਨਤੀ ਕਰਦਾਗਾ ਕਿ ਅੱਜ ਤੋਂ ਬਾਅਦ ਮੈਂ ਪਾਰਟੀ ਲਈ ਕੰਮ ਨਹੀਂ ਕਰਾਂਗਾ ਬਹੁਤ ਬਹੁਤ ਧੰਨਵਾਦ ਵਾਹਿ